ਪੰਜਾਬ ਦੇ ਜਾਣੇ ਮਾਨੇ ਗੈਂਗਸਟਰ ਰੁਪਿੰਦਰ ਗਾਂਧੀ ਦੀ ਜ਼ਿੰਦਗੀ ਤੇ ਪੰਜਾਬੀ ਦੀਆਂ ਦੋ ਫਿਲਮਾਂ ਬਣ ਚੁੱਕੀਆਂ ਹਨ। ਰੁਪਿੰਦਰ ਗਾਂਧੀ ਦੇ ਕਿਰਦਾਰ ਨੂੰ ਲੈ ਕੇ ਦੋਵਾਂ ਫਿਲਮਾਂ ਤੇ ਹੀ ਵਿਵਾਦ ਹੋਇਆ ਹੈ। ਜਿੱਥੇ ਰੁਪਿੰਦਰ ਨੂੰ ਚਾਹੁਣ ਵਾਲੇ ਲੋਕ ਰੋਬਿਨਹੁੱਡ ਮੰਨਦੇ ਨੇ, ਉੱਥੇ ਹੀ ਪੰਜਾਬ ਦੇ ਪੁਲਿਸ ਰਿਕਾਰਡ ਵਿੱਚ ਉਸ ਦੇ ਉੱਪਰ ਕਈ ਪਰਚੇ ਦਰਜ ਸਨ। ਇਸੇ ਲਈ ਜਦੋਂ ਰੁਪਿੰਦਰ ਗਾਂਧੀ ਮੂਵੀ ਦਾ ਪਹਿਲਾ ਭਾਗ ਰਿਲੀਜ਼ ਹੋਇਆ ਸੀ, ਉਸ ਵਿੱਚ ਉਸ ਨੂੰ ਗੈਂਗਸਟਰ ਦਿਖਾਇਆ ਗਿਆ ਸੀ। ਮੂਵੀ ਦਾ ਟਾਈਟਲ ਵੀ ਰੁਪਿੰਦਰ ਗਾਂਧੀ ਦਾ ਗੈਂਗਸਟਰ ਸੀ, ਜਿਸ ਦੇ ਉੱਤੇ ਉਸ ਦੇ ਦੋਸਤਾਂ ਨੇ ਕਾਫੀ ਇਤਰਾਜ਼ ਜਤਾਇਆ ਸੀ। ਗਾਂਧੀ ਦੇ ਕੁਝ ਦੋਸਤਾਂ ਨੇ ਫਿਲਮ ਤੇ ਇਤਰਾਜ਼ ਜਤਾਉਂਦੇ ਹੋਏ ਕਿਹਾ ਸੀ ਕਿ ਇਹ ਤੱਥਾਂ ਤੇ ਆਧਾਰਿਤ ਨਹੀਂ ਹੈ। ਉਹਨਾਂ ਨੇ ਉਹਨਾਂ ਦ੍ਰਿਸ਼ਾਂ ਤੇ ਇਤਰਾਜ਼ ਜਤਾਇਆ ਜਿਸ 'ਚ ਗਾਂਧੀ ਦਾ ਇੱਕ ਔਰਤ ਨਾਲ ਸੰਬੰਧ ਦਿਖਾਇਆ ਗਿਆ ਹੈ। ਉਹਨਾਂ ਦਾਅਵਾ ਕੀਤਾ ਕਿ ਗਾਂਧੀ ਦਾ ਕਦੇ ਕੋਈ ਅਫੇਅਰ ਨਹੀਂ ਸੀ, ਉਹ ਔਰਤਾਂ ਦੀ ਕਾਫੀ ਇੱਜ਼ਤ ਕਰਦਾ ਸੀ। ਇਸ ਲਈ ਗਾਂਧੀ ਦੇ ਦੋਸਤਾਂ ਦੇ ਕਾਫੀ ਵਿਰੋਧ ਤੋਂ ਬਾਅਦ ਫਿਲਮ ਦੀ ਟੀਮ ਨੇ ਫਿਲਮ ਦੇ ਦੂਜੇ ਭਾਗ ਵਿੱਚ ਗਲਤੀਆਂ ਨੂੰ ਸੁਧਾਰਨ ਦੀ ਕੋਸ਼ਿਸ਼ ਕੀਤੀ ਸੀ। ਗਾਂਧੀ ਦੇ ਦੋਸਤਾਂ ਦਾ ਸਾਫ਼ ਕਹਿਣਾ ਸੀ ਕਿ ਜੇਕਰ ਇਸ ਮੂਵੀ ਵਿੱਚ ਵੀ ਗਾਂਧੀ ਨੂੰ ਗੈਂਗਸਟਰ ਸ਼ਬਦ ਨਾਲ ਸੰਬੋਧਨ ਕੀਤਾ ਗਿਆ ਤਾਂ ਉਹ ਮੂਵੀ ਰਿਲੀਜ਼ ਨਹੀਂ ਹੋਣ ਦੇਣਗੇ। ਇਸ ਲਈ ਮੂਵੀ ਦੇ ਦੂਜੇ ਭਾਗ ਵਿੱਚ ਟਾਈਟਲ ਰੁਪਿੰਦਰ ਗਾਂਧੀ ਦਾ ਰੋਬਿਨਹੁੱਡ ਕੀਤਾ ਗਿਆ। ਇਸ ਤੋਂ ਇਲਾਵਾ ਇਸ ਮੂਵੀ ਵਿੱਚ ਕਈ ਡਾਇਲਾਗ ਅਤੇ ਸੀਨ ਵੀ ਬਦਲੇ ਗਏ। ਅਸੀਂ ਤੁਹਾਨੂੰ ਦੱਸ ਦਈਏ ਕਿ ਪੰਜਾਬ ਵਿੱਚ ਲੋਕ ਰੁਪਿੰਦਰ ਗਾਂਧੀ ਨੂੰ ਯੂਥ ਆਈਕਨ ਮੰਨਦੇ ਸਨ। ਉਸ ਦੀ ਫੈਨ ਫਾਲੋਇੰਗ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਪੰਜਾਬ ਅਤੇ ਚੰਡੀਗੜ੍ਹ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ 3 ਲੱਖ ਤੋਂ ਵੱਧ ਵਿਦਿਆਰਥੀ ਗਾਂਧੀ ਗਰੁੱਪ ਆਫ ਸਟੂਡੈਂਟਸ ਯੂਨੀਅਨ ਨਾਲ ਜੁੜੇ ਹੋਏ ਹਨ। ਉਹ 2001 ਵਿੱਚ 22 ਸਾਲ ਦੀ ਉਮਰ ਵਿੱਚ ਆਪਣੇ ਪਿੰਡ ਰਸੂਲੜਾ ਦੇ ਸਰਪੰਚ ਵੀ ਬਣੇ ਸਨ। ਪਿੰਡ ਵਾਲਿਆਂ ਨੇ ਰੁਪਿੰਦਰ ਨੂੰ ਸਰਬਸੰਮਤੀ ਨਾਲ ਪਿੰਡ ਦਾ ਸਰਪੰਚ ਚੁਣ ਦਿੱਤਾ ਸੀ। ਪਿੰਡ ਦੇ ਲੋਕਾਂ ਲਈ ਜਿੱਥੇ ਰੁਪਿੰਦਰ ਗਾਂਧੀ ਇੱਕ ਸਧਾਰਨ ਅਤੇ ਮਦਦਗਾਰ ਵਿਅਕਤੀ ਸੀ, ਉੱਥੇ ਹੀ ਰਸੂਲੜਾ ਪਿੰਡ ਤੋਂ ਬਾਹਰ ਰਹਿੰਦੇ ਲੋਕਾਂ ਲਈ ਉਹ ਇੱਕ ਬਦਨਾਮ ਅਤੇ ਬੇਰਮ ਗੈਂਗਸਟਰ ਸੀ। ਰੁਪਿੰਦਰ ਬਾਰੇ ਕਈ ਲੋਕਾਂ ਦਾ ਮੰਨਣਾ ਹੈ ਕਿ ਜਦੋਂ ਵੀ ਉਹ ਪਿੰਡ ਆਇਆ ਤਾਂ ਉਸਨੇ ਸਾਰਿਆਂ ਨੂੰ ਬਹੁਤ ਮਾਣ ਸਤਿਕਾਰ ਦਿੱਤਾ। ਕਈ ਗਰੀਬ ਘਰ ਦੀਆਂ ਕੁੜੀਆਂ ਦੇ ਵਿਆਹ 'ਚ ਪੈਸੇ ਖਰਚ ਕੀਤੇ। ਪਿੰਡ ਵਿੱਚ ਨੌਜਵਾਨਾਂ ਨੂੰ ਖੇਡਾਂ ਅਤੇ ਪੜ੍ਹਾਈ ਨਾਲ ਜੋੜਨ ਲਈ ਕਈ ਉਪਰਾਲੇ ਕੀਤੇ। ਉਸਨੇ ਸਰਪੰਚ ਵਜੋਂ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ। ਇੱਥੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਸੀ ਕਿ ਭਾਵੇਂ ਉਹ ਪਿੰਡ ਵਿੱਚ ਹਥਿਆਰਾਂ ਸਮੇਤ ਕਦੇ ਨਜ਼ਰ ਨਹੀਂ ਆਇਆ। ਰੁਪਿੰਦਰ ਦੇ ਕਰੀਬੀਆਂ ਦਾ ਕਹਿਣਾ ਹੈ ਕਿ ਵਿਦਿਆਰਥੀ ਆਗੂ ਅਤੇ ਸਰਪੰਚ ਬਣਨ ਤੋਂ ਬਾਅਦ ਉਸਦੀ ਜ਼ਿੰਦਗੀ ਬਦਲ ਗਈ ਸੀ। ਜਿੱਥੇ ਇੱਕ ਪਾਸੇ ਉਹ ਪ੍ਰਸ਼ੰਸਕਾਂ ਦੀ ਗਿਣਤੀ ਵਧਾ ਰਿਹਾ ਸੀ, ਉੱਥੇ ਹੀ ਦੂਜੇ ਪਾਸੇ ਅਪਰਾਧ ਅਤੇ ਰਾਜਨੀਤੀ ਦੇ ਕੁਝ ਲੋਕ ਉਸਦੀ ਪ੍ਰਸਿੱਧੀ ਨੂੰ ਰਾਹ ਵਿੱਚ ਰੋੜਾ ਸਮਝਣ ਲੱਗੇ। ਇਸ ਤੋਂ ਇਲਾਵਾ ਲੜਾਈਆਂ ਅਤੇ ਹਿੰਸਕ ਗੈਂਗਵਾਰਾਂ ਰਾਹੀਂ ਝਗੜਿਆਂ ਦਾ ਨਿਪਟਾਰਾ ਕਰਨ ਕਾਰਨ ਗਾਂਧੀ ਵਿਰੁੱਧ ਚੰਡੀਗੜ੍ਹ ਅਤੇ ਹੋਰ ਥਾਵਾਂ ਤੇ ਕਈ ਅਪਰਾਧਿਕ ਮਾਮਲੇ ਦਰਜ ਹਨ। 5 ਸਤੰਬਰ 2003 ਦੀ ਗੱਲ ਹੈ ਕਿ ਰੁਪਿੰਦਰ ਆਪਣੇ ਦੋਸਤ ਹਰਪ੍ਰੀਤ ਨਾਲ ਸਕੂਟਰ ਤੇ ਜਾ ਰਿਹਾ ਸੀ, ਜਿਸ ਨੂੰ ਸਮਰਾਲਾ ਰੋਡ ਤੇ ਅਗਵਾ ਕਰ ਲਿਆ ਗਿਆ। ਇਸ ਤੋਂ ਬਾਅਦ ਸਲੂਦੀ ਪਿੰਡ ਵਿੱਚ ਉਸਦਾ ਕਤਲ ਕਰ ਦਿੱਤਾ ਗਿਆ। ਕਤਲ ਤੋਂ 10 ਦਿਨ ਬਾਅਦ ਉਸਦੀ ਲਾਸ਼ ਭਾਖੜਾ ਨਹਿਰ ਵਿੱਚੋਂ ਮਿਲੀ ਸੀ। ਉਸਦੇ ਹੱਥ ਅਤੇ ਗੋਡੇ ਟੁੱਟ ਗਏ ਸਨ ਅਤੇ ਉਸਦੇ ਸਰੀਰ ਤੇ 2 ਗੋਲੀਆਂ ਲੱਗੀਆਂ ਸਨ। ਇਸ ਤੋਂ ਬਾਅਦ ਰੁਪਿੰਦਰ ਗਾਂਧੀ ਦੇ ਕਤਲ ਵਿੱਚ ਸ਼ਾਮਲ 11 ਲੋਕਾਂ ਦੇ ਨਾਂ ਸਾਹਮਣੇ ਆਏ ਜੋ ਸੂਬੇ ਦੀਆਂ ਵੱਖ ਵੱਖ ਜੇਲ੍ਹਾਂ ਵਿੱਚ ਬੰਦ ਹਨ। ਇਸ ਕਤਲ ਵਿੱਚ ਲੱਕੀ ਨਾਮ ਦੇ ਵਿਅਕਤੀ ਦੀ ਅਹਿਮ ਭੂਮਿਕਾ ਸੀ। ਰੁਪਿੰਦਰ ਗਾਂਧੀ ਕਤਲ ਮਾਸਟਰ ਮਾਇੰਡ ਲੱਕੀ ਹੀ ਸੀ। ਇਸ ਦੇ ਨਾਲ ਹੀ ਰੁਪਿੰਦਰ ਗਾਂਧੀ ਦੇ ਭਰਾ ਮਨਮਿੰਦਰ ਤੇ ਵੀ 2007 ਚ ਕਤਲ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਗਿਆ ਸੀ, ਜਦੋਂ ਉਸਨੇ ਗਾਂਧੀ ਹੱਤਿਆ ਕਾਂਡ ਦੇ ਮੁੱਖ ਦੋਸ਼ੀ ਲੱਕੀ ਨੂੰ ਗੋਲੀ ਮਾਰ ਦਿੱਤੀ ਸੀ। ਹਾਲਾਂਕਿ ਮਨਮਿੰਦਰ ਗਾਂਧੀ ਦੀ ਵੀ 20 ਅਗਸਤ 2017 ਨੂੰ ਹੱਤਿਆ ਕਰ ਦਿੱਤੀ ਗਈ।
ਮਨਿੰਦਰ ਗਾਂਧੀ ਦੀ ਹੱਤਿਆ ਵੀ ਫਿਲਮ ਦੇ ਰਿਲੀਜ਼ ਹੋਣ ਤੋਂ ਪਹਿਲਾਂ ਕੀਤੀ ਗਈ ਸੀ। ਉਹਨਾਂ ਦੇ ਪਿੰਡ ਦੇ ਲੋਕ ਅੱਜ ਵੀ ਉਹਨਾਂ ਨੂੰ ਰੋਲ ਮਾਡਲ ਮੰਨਦੇ ਹੋਏ ਉਹਨਾਂ ਦੀ ਯਾਦ 'ਚ ਹਰ ਸਾਲ ਕ੍ਰਿਕਟ ਅਤੇ ਫੁੱਟਬਾਲ ਦੇ ਵੱਖ ਵੱਖ ਟੂਰਨਾਮੈਂਟ ਕਰਵਾਉਂਦੇ ਹਨ। ਯੂਨੀਵਰਸਿਟੀ ਦੇ ਨੌਜਵਾਨਾਂ ਨੇ ਗਾਂਧੀ ਗਰੁੱਪ ਆਫ ਸਟੂਡੈਂਟ ਯੂਨੀਅਨ ਦੇ ਨਾਂ ਨਾਲ ਇੱਕ ਯੂਨੀਅਨ ਸ਼ੁਰੂ ਕੀਤੀ ਹੈ। ਯੂਨੀਅਨ ਵਿੱਚ ਲਗਭਗ 3 ਲੱਖ ਤੋਂ ਵੱਧ ਵਿਦਿਆਰਥੀ ਸ਼ਾਮਲ ਹਨ ਅਤੇ ਇਹ ਚੰਡੀਗੜ੍ਹ ਅਤੇ ਪੰਜਾਬ ਦੀਆਂ ਜ਼ਿਆਦਾਤਰ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਚੱਲਦਾ ਹੈ।